फैशन जे न त बेहया ई हो रही असीं जलत हला सॼे बुज़ुर्ग बिल ख़सूस शबे जुमे सादा लोग आणो अनपढ़ से पेरेंट्स आणो जुमे रात उहो मे रात अॼु खाणु नी खाथे रखो मै ख़तम आहे बिल्कुलु मै उहो दौर वेखिया जी इमाम امام फरमा न हर शबे जुमा मोमिनी रूह घर आंदियूं ਉਹ ਬੈਠ ਕੇ ਤੁਹਾਡੇ ਕੋਲ ਸਵਾਲ ਕਰਦੀਆਂ ਨੇ ਬੇਟਾ ਮੈਂ ਮਹਤਾਜ ਆ ਉੱਥੇ ਮੈਨੂੰ ਤੁਹਾਡੀ ਬੜੀ ਲੋੜ ਹੈ ਕੁਝ ਕਰਦੇ ਹੋ ਮੇਰੇ ਵਾਸਤੇ ਅਸੀਂ ਅਗੋਂ ਪੈਕੇਜ ਲਾਇਆ ਸੰ ਕਿਤੇ ਹੋਸ਼ ਜੀ ਸੱਚੀ ਬਾਤ ਹੈ ਬਾਪ ਜੀ 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 ਅਸੀਂ ਨੈਟਵ ਮਸ਼ਗੂਲ ਹਾਂ ਮੈਨੂੰ ਤੇ ਹੋਸ਼ ਹੀ ਨਹੀਂ ਬੇਟਾ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਮਹਤਾਜ ਹਾਂ ਬੇਟਾ ਮੈਂ ਕੁਝ ਮੇਰੇ ਵਾਸਤੇ ਕਰਦੇ ਹੋ ਕੁਝ ਦਰੂਦ ਸਿਰ ਪੜ ਕੇ ਮੈਨੂੰ ਬਖਸ਼ ਦਿਓ ਕੁਝ ਸਦਕਾ ਮੇਰਾ ਦੇ ਦਿਓ ਲੇਕਿਨ ਸਨ ਮਸਰੂਫਾ ਸੀ ਸਨ ਕੋਈ ਹੋਸ਼ ਨਹੀਂ ਜਿਸ ਘਰ ਚ ਮੂਮਨ ਰੂ ਨਰਾਜ਼ ਹੈ ਉੱਥੇ ਬਰਕਤ ਕਿਉਂ ਆਏਗੀ ਦੁਖੀ ਹੋ ਕੇ ਰੋਂਦੇ ਰੂਹਾਂ ਟੁੱਟ ਜਾਂਦੀਆਂ ਇਹਨਾਂ ਵਾਸਤੇ ਸਾਰਾ ਕੁਝ ਮੈਂ ਕੀਤਾ ਉਹ ਸਾਡੇ ਸਾਦੇ ਬਜ਼ੁਰਗ ਬਿਲ ਖਸੂਸ ਸ਼ਬੇ ਜੁਮਾ ਨੂੰ ਅਜੇ ਖਾਣਾ ਨਹੀਂ ਦੇਣਾ ਹੰਡੀ ਚ ਥੋੜਾ ਸਾਲਾ ਨਾ ਰੱਖੋ ਥੋੜਾ ਪੰਜ ਫਰੂਟ ਕਟੋ ਮੈਂ ਖਤਮ ਆ ਜੋ ਉਹਨਾਂ ਨੂੰ ਦਰੂਦ ਆਉਂਦਾ ਜੀ ਜੋ ਬਾਬਾ ਜੀ ਸੂਰਤ ਹੈ ਦਰੂ ਤਾਜ ਪੜ ਕੇ ਆਪਣੇ ਮਰਹੂਮੀਆਂ ਦੀਆਂ ਨੂੰ ਬਖਸ਼ ਕੇ ਫੇਰਾ ਦੇਣਾ ਇਸ ਹਾਲੇ ਫਿਰ ਹਾਂਡੀ ਚ ਪਾ ਕੇ ਹੁਣ ਸਾਰਿਆਂ ਨੂੰ ਦਿਓ ਉਸ ਵਲੇਵਾ ਜੀ ਮੋਬਾਈਲ ਨਹੀਂ ਖਾਣਾ ਖਾਣ ਬੈਠੇ ਆ ਤੇ ਪੰਜ ਮਹਿਮਾਨ ਆ ਗਏ ਨੇ ਉਸੇ ਹਾਂਡੀ ਚ ਆ ਵੀ ਖਾ ਲੈ ਮਹਿਮਾਨਾਂ ਵੀ ਖਾ ਲੈ ਹੁਣ ਫੋਨ ਕਰਕੇ 10 ਸੇ ਬੰਦੇ ਆ ਰਹੇ ਇੰਤਜ਼ਾਮ ਕਰਿਆ ਜੇ ਆਰਡਰ ਕੀਤੇ ਆ ਖਾਣਾ ਫਿਰ ਵੀ ਪੂਰਾ ਨਹੀਂ ਕਿਉਂ ਉਸ ਵਲੇ ਬਰਕਤ ਆਈ ਹੁਣ ਬਰਕਤ ਮੋਤੀ माफ करना माफ़ करना मैं माफ़ी मांग के जुम्मे लाख रहा अस अलम ला के ना दिहा बंद पता लगे लग मैं शिहाँ नहीं आलम ला ले दा मतलब तू तो यूनिफॉर्म पा लिया हूँ तू तो किसी पाबंद हो गया हूँ तू तो अलीला पढ़ के आजाद नहीं रहा हूँ अख तेरी है मालक तू तो नहीं रहा जुबान तेरी है तू तो वारस नहीं रहा क्यों अंधेरा हैं तेरे घर में? जहान परेशान हो क्यों परेशान है? कोई नहीं तेरा वारस क्यों परेशान है तू? तो। लाइट है वापड़ा दप्लाई आ रही है साढ़े घर अंधेरा क्यों है मीटर भी लगे वायरें बिलकुल मुकम्मे लाइटा बल्ब लगे नहीं। फिर उए उए, ने फिर अंधेरा क्यों ओ हो मेन सुच नहीं की तो। ਤੇਰਾ ਫਾਲਟ ਇਹ ਨਾ ਉੱਠ ਕੇ ਆਨਕਾਰ ਨਾ ਓਕੇ ਟਾਈਮ ਤੇ ਓਕੀ ਗੱਲ ਕਰਨ ਲੱਗਾ ਲਾ ਇਲਾਹ ਇਲਲਲਾਹ ਮੁਹੰਮਦ ਰਸੂਲ ਲਾ ਅਲਿਨ ਵਲੀ ਲਲਾ ਤੂੰ ਪਰੇਸ਼ਾਨੀ ਹੋਣਾ ਚਾਹੀਦਾ ਤੂੰ ਅਲੀਨ ਵਲੀ ਲਲਾ ਪੜ ਕੇ ਕਿਉਂ ਪਰੇਸ਼ਾਨ ਹੈ ਤੇਰੇ ਘਰ ਕਿਉਂ ਝਗੜਾ ਹੈ ਤੇਰੇ ਅੰਦਰ ਹੁਸੈਨ ਹੈ ਤੇਰੇ ਅੰਦਰ ਅਲੀ ਦੀ ਵਿਲਾਇਤ ਹੈ ਸਿਰਫ ਉੱਠ ਕੇ ਹਿੰਮਤ ਕਰ ਹੁਸੈਨियत ala ਸੋਚ ਆਨਕਾਰਨਾ नहीं दुनिया परेशान तू होता तेरी औलाद क्यों नहीं तेरे अखें लगती असि दूर हो रहे हैं आले मुहम्मद तू तसा सारा दिन हो गया मैं दरिया के किनारे बैठा तसा मेरा फाल्ट दरिया का तो नहीं फाल्ट औख है हुसैन असलाम के दरवाजे ते आले मुहम्मद की मुहब्बत कबूल करनी औखी ਇਹ ਤੇ ਸਾਨੂੰ ਮਾਮਾ ਝੋਲੀ ਚ ਦੇ ਦਿੱਤੀ ਅਗਲਾ ਕੰਮ ਤੇ ਬਹੁਤ ਸੋਖ ਹੈ ਅਸੀਂ ਹੁਸੈਨ ਅਲੈ ਸਲਮ ਦੀ ਮੁਹੱਬਤ ਨੂੰ ਕੈਸ਼ ਨਹੀਂ ਕਰ ਰਹੇ ਅਸੀਂ ਜ਼ਾਇਆ ਕਰ ਰਹੇ ਹਾਂ ਬੇਟੀ ਦੇ ਰੂਪ ਵਿੱਚ ਰਹਿਮਤ ਤੇ بیوی ਦੇ ਰੂਪ ਵਿੱਚ ਆਪਣੇ ਸ਼ੌਹਰ ਦੇ ਨਿਸਬ ਇਮਾਨ ਦੀ ਮੁਹਫਜ਼ਾ ਹੈ